ਭਾਜੀ ਮੇਰਾ ਚਸ਼ਮਾ ਦੇ ਕੇ ਕਨਫਿਊਜ਼ ਹੋਏ, ਕਹਿੰਦੇ ਇਸ ਤੇ ਸ਼ੀਸ਼ਾ ਹੀ ਹੈ ਨੀ। ਤੇ ਤੇਰੀ ਭਾਜੀ ਅਜੇ ਵੀਰਾ ਸੀ ਹਾਊਸ ਮਾਈ ਮੁੱਛਾਂ। ਇੱਕ ਗੱਲ ਪੁੱਛਾਂ, ਕਿਵੇਂ ਲੱਗਦੀ ਹੁਣ ਮੁੱਛਾਂ? ਫਰਕ ਕਿਆ ਹੈ ਪਹਿਲੇ ਔਰ ਅਬ ਮੈਂ, ਇਹ ਫਰਕ ਬਤਾਨੇ ਮੇਰੇ ਸਾਥ ਅਭੀ ਆਏਂਗੇ ਅਜੇ ਕੁਮਾਰ। ਅਜੇ ਕੁਮਾਰ ਹਾਂਜੀ, ਬਹੁਤ ਨਾਈਸ ਪਰਸਨ। ਜਲਦੀ ਮਿਲੋ ਨਾ ਤੇ ਆਪਾਂ ਗੱਲਾਂ ਬਾਤਾਂ ਕਰਾਂਗੇ ਖਾਸ ਕਿ ਇਹੋ ਜਿਹਾ ਕੀ ਲਾਉਂਦੇ ਨੇ ਕਿ ਮੁੱਛਾਂ ਇੰਨੀਆਂ ਸੋਹਣੀਆਂ ਹੋ ਜਾਂਦੀਆਂ, ਕੀ ਉਹਨਾਂ ਦੇ ਅੱਜ ਕੀ ਕਲਾ ਹੈ, ਘਰਦੇ ਨੂੰ ਕਿੰਨੇ ਸਾਲ ਹੋ ਗਏ, ਮੁੱਛਾਂ ਦੀ ਗਰੋਥ ਲਈ ਕੀ ਕੁਛ ਯੂਜ਼ ਕਰਦੇ ਨੇ, ਇਹ ਸਾਰੇ ਸਵਾਲ ਹੋਣਗੇ। ਜੁੜੇ ਰਹੋ ਸਾਡੇ ਨਾਲ, ਇੰਨੀ ਦੇਰ ਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਠੀਕ ਹੈ? ਹਾਂਜੀ, ਸਾਡੇ ਨਾਲ ਜੁੜ ਚੁੱਕੇ ਨੇ ਅਜੇ ਸਿੰਘ ਵੀਰਾ ਜੀ ਨੇ, ਮੁੱਛਾਂ ਬਹੁਤ ਘੈਂਟ ਸੈੱਟ ਕੀਤੀਆਂ ਨੇ, ਸਟੇ ਲਾਂਡਰਾਂ ਦੇ ਵਿੱਚ ਹੈ। ਭਾਈ ਕੀ ਹਾਲ ਚਾਲ ਨੇ? ਵਧੀਆ। ਮੇਰੀਆਂ ਮੁੱਛਾਂ ਸੈੱਟ ਕਰਕੇ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ? ਜਿਹੜੇ ਮੁੱਛਾਂ ਦਾ ਸੈੱਟ ਸਭ ਦੀਆਂ ਕਰ ਦੇ ਰਹੀ ਆਪਾਂ, ਜਿਹੜਾ ਸਾਡੇ ਕੋਲ ਆਉਂਦਾ ਆ ਆਪਾਂ ਆਪਣਾ ਸਿੰਪਲ ਤਰੀਕਾ, ਤੁਹਾਨੂੰ ਪਤਾ ਹੈ ਮੁਲਤਾਨੀ ਮਿੱਟੀ ਦਾ ਲਾਉਣ ਦਾ ਢੰਗ ਹੈ, ਕਿਵੇਂ ਲਾਉਣਾ ਹੈ, ਤੇ ਆਪਣੀ ਲਾਂਡਰਾ ਸ਼ੋਪ ਤੁਹਾਨੂੰ ਪਤਾ ਹੀ ਹੈ, ਬਸ ਇਹੀ ਤਰੀਕਾ ਹੀ ਆਪਣਾ ਚੱਲਦਾ ਰਹਿਣਾ ਹੈਗਾ। ਅਸੀਂ ਕਹਿੰਦੇ ਚੱਲਦਾ ਰਹੇ ਤੇ ਸਾਨੂੰ ਇੰਨਾ ਘੈਂਟ ਬਣਾਤਾ, ਹੈਰਾਨ ਹੋ ਜਾਣੇ ਲੋਕਾਂ ਨੇ। ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਕੰਮ ਕਰਦੇ? ਇਹ ਆਪਾਂ ਨੂੰ ਕਰਦੇ ਹੋਏ ਘੱਟੋ ਘੱਟ 10 ਤੇ 12 ਸਾਲ ਹੋ ਗਏ। ਅੱਛਾ, ਹਾਂਜੀ ਹਾਂਜੀ। ਤੇ ਜੇ ਕਿਸੇ ਨੇ ਕਰਾਉਣੀ ਹੋਣੀ ਤੁਹਾਡੇ ਕੋਲ ਆ ਸਕਦਾ, ਜੇ ਕੋਈ ਕਰਨਾ ਚਾਹੁੰਦਾ ਹੋਵੇ ਕਿ ਮੈਂ ਖੁਦ ਕਰਨੀ? ਇਹ ਕਲਾਉਣ ਦਾ ਢੰਗ ਹੈ ਬਸ, ਜਿਹੜਾ ਤੁਸੀਂ ਆਪ ਘਰਾਂ ਨਹੀਂ ਯੂਜ਼ ਕਰ ਸਕਦੇ, ਜਿਹੜਾ ਆਪਾਂ ਕੈਮੀਕਲ ਯੂਜ਼ ਕਰਦੇ ਹਾਂ ਤੁਹਾਡੇ ਵਾਲਾਂ ਨੂੰ ਸਾੜ ਵੀ ਸਕਦਾ। ਇਸ ਲਈ ਤੁਸੀਂ ਘਰਾਂ ਨਾ ਯੂਜ਼ ਕਰਕੇ ਆਪਣੇ ਬਸ ਸਾਡੀ ਸ਼ੋਪ ਤੇ ਆਓ, ਜਾਂ ਕਿਸੇ ਐਕਸਪਰਟ ਤੋਂ, ਜਿਹੜਾ ਮੁੱਛਾਂ ਦਾ ਐਕਸਪਰਟ ਹੋਵੇ ਉਸ ਤੇ ਕਰਵਾਓ। ਓਕੇ, ਤੇ ਮੇਰੇ ਦਿਮਾਗ ਇੱਕ ਸਵਾਲ ਹੋਰ ਘੁੰਮ ਰਿਹਾ ਕਿ ਇਹਦਾ ਕੋਈ ਸਾਈਡ ਇਫੈਕਟ ਹੈਗਾ ਜਿਹੜਾ ਆਪਾਂ ਕੈਮੀਕਲ ਵਗੈਰਾ? ਸਾਈਡ ਇਫੈਕਟ ਇਹਦਾ ਉਸ ਟਾਈਮ ਹੁੰਦਾ ਜਦ ਆਪਾਂ ਮੁੱਛਾਂ ਵੀ ਸੈੱਟ ਕਰਾਉਂਦੇ ਹਾਂ, ਉਸ ਤੋਂ ਬਾਅਦ ਆਪਾਂ ਵੈਕਸ ਵੁਕਸ ਯੂਜ਼ ਕਰਨ ਲੱਗ ਜਾਂਦੇ, ਵੈਕਸ ਨਹੀਂ ਯੂਜ਼ ਕਰਨੀ ਕਦੇ ਵੀ, ਕੋਈ ਬ੍ਰਾਂਡ ਆਇਲ ਹੋਵੇ, ਕਈ ਵਾਰ ਉਹ ਵੀ ਕੈਮੀਕਲ ਹੁੰਦਾ, ਉਹ ਵੀ ਖਰਾਬ ਕਰ ਸਕਦਾ ਤੁਹਾਡੇ ਵਾਲਾਂ ਨੂੰ, ਸੋ ਯੂਜ਼ ਨਹੀਂ ਕਰਨਾ। ਸਿੰਪਲ ਸਰੋਂ ਦਾ ਤੇਲ ਲਾਓ, ਦੇਸੀ ਘੀ ਲਾਓ, ਸਿੰਪਲ ਲਾਓ ਬਸ। ਤੇ ਗੱਲਾਂ ਬਾਤਾਂ ਕਰਕੇ ਵਧੀਆ ਲੱਗਿਆ ਮੈਨੂੰ, ਤੇ ਇਦਾਂ ਹੀ ਮੁੱਛਾਂ ਸੈੱਟ ਕਰਦੇ ਰਹੋ ਤੇ ਸਾਡੇ ਵਰਗੇ ਨੂੰ ਹੋਰ ਘੈਂਟ ਬਣਾਉਂਦੇ ਰਹੋ, ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਗਲੀ ਅਪਡੇਟ ਦੇ ਲਈ, ਤੇ ਭਾਜੀ ਨਾਲ ਇੱਕ ਵਾਰੀ ਵਿਜ਼ਿਟ ਜ਼ਰੂਰ ਕਰਕੇ ਜਾਏ ਲਾਂਡਰਾ ਚੰਡੀਗੜ੍ਹ ਦੇ ਨੇੜੇ, ਅਜੇ ਹੇਅਰ ਕੱਟ ਸਲੂਨ। ਓਕੇ, ਭਾਈ ਦਾ ਮੈਂ ਨੰਬਰ ਡਿਸਕ੍ਰਿਪਸ਼ਨ ਚ ਪਾ ਦੂੰਗਾ, ਤੇ ਕਿਸੇ ਨੇ ਹੋਰ ਕੋਈ ਕੁਐਰੀ ਹੋਵੇ, ਹੋਰ ਕੋਈ ਸਵਾਲ ਹੋਵੇ, ਸਾਨੂੰ ਇੰਸਟਾਗ੍ਰਾਮ ਤੇ ਫੋਲੋ ਕਰ ਸਕਦੇ, ਉਹ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਚ ਪਾ ਦੇਣਾ। ਸਤਿ ਸ਼੍ਰੀ ਅਕਾਲ। ਓਕੇ ਓਕੇ ਭਾਈ, ਓਕੇ, ਥੈਂਕ ਯੂ।